ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਮੇਰੀ ਵੀਡੀਓ ਵਿੱਚ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਬਹੁਤ ਹੀ ਖਾਸ ਹੋਣ ਵਾਲੀ ਹੈ। ਫਸਟਲੀ ਮੈਂ ਤੁਹਾਨੂੰ ਇੰਟਰਨੈਸ਼ਨਲ ਲੈ ਕੇ ਜਾ ਰਿਹਾ ਹਾਂ, ਐਂਡ ਸੈਕੰਡਲੀ ਇਹ ਵਲੌਗ ਮੈਂ ਥੋੜ੍ਹਾ ਡਿਫਰੈਂਟ ਬਣਾਇਆ, ਸੋ ਪਲੀਜ਼ ਦੇਖਿਓ ਅਤੇ ਦੱਸਿਓ ਮੈਨੂੰ ਕਿੱਦਾਂ ਦਾ ਲੱਗਿਆ। ਤਾਂ ਇਹ ਹੈ ਏਅਰਪੋਰਟ ਦੀ ਮੇਨ ਐਂਟਰੈਂਸ, ਜਿੱਥੇ ਸਿਕਿਉਰਿਟੀ ਚੈੱਕ ਤੋਂ ਬਾਅਦ ਸਾਨੂੰ ਅੰਦਰ ਜਾਣ ਦੀ ਪਰਮਿਸ਼ਨ ਮਿਲਦੀ ਹੈ। ਤਾਂ ਇਹ ਹੈ ਜੀ ਦਿੱਲੀ ਦਾ ਏਅਰਪੋਰਟ। ਇਸ ਏਅਰਪੋਰਟ ਮੇਂ ਬਹੁਤ ਸਾਰੇ ਲੋਕ ਮਿਲਤੇ ਹੈ, ਵਿਛੜਤੇ ਹੈ, ਹਮ ਵੀ ਕਿਸੇ ਸੇ ਮਿਲਤੇ ਹੈ, ਵਿਛੜਤੇ ਹੈ, ਔਰ ਹਮ ਮਿਲੇ ਐਸੇ ਦੋਸਤ ਸੇ ਜਿਸਕੋ ਹਮ 2006 ਮੇਂ ਇਕੱਠੇ ਪੜ੍ਹਤੇ ਥੇ। ਪੰਜਾਬੀ 'ਚ ਵੀ ਦੱਸਦਾ ਕਿ 2006 'ਚ ਅਸੀਂ ਇਕੱਠੇ ਪੜ੍ਹੇ ਸੀ, ਬੜੇ ਪੱਕੇ ਮਿੱਤਰ ਹਾਂ। ਉਸ ਤੋਂ ਬਾਅਦ ਵਿਛੜ ਨਹੀਂ ਗਏ, ਉਸ ਤੋਂ ਬਾਅਦ ਫਿਰ ਸਾਡੇ ਰਸਤੇ ਥੋੜ੍ਹੇ ਇੱਧਰ ਉੱਧਰ ਹੋ ਗਏ। ਇਹ ਹੈ ਜੀ ਪੰਜਾਬ ਪੁਲਿਸ ਦੇ ਹੋਨਹਾਰ ਪੁਲਿਸ ਔਫਿਸਰ ਅਤੇ ਮੇਰੇ ਬੈਸਟ ਫਰੈਂਡ, ਅਤੇ ਇਹਨਾਂ ਨੂੰ ਮਿਲਾਉਣ ਜਾ ਰਹੇ ਹਾਂ। ਨਾਮ ਹੈਗਾ ਜੀ ਸਪਨਪ੍ਰੀਤ ਸਿੰਘ। ਹੈ ਅਬ ਤੱਕ ਛੱਪਣ, ਕਬ ਤੱਕ ਛੱਪਣ, ਅਬ ਤੱਕ ਛੱਪਣ। ਮਿਲੇ ਕਿੱਥੇ ਅਸੀਂ? ਮੈਂ ਇਸ ਗੇਟ ਤੋਂ ਐਂਟਰ ਹੋਈ, ਮੈਂ ਉੱਥੇ ਜਾ ਕੇ ਚੈੱਕ ਕੀਤਾ ਮੇਰੀ ਫਲਾਈਟ ਕਿੱਧਰ ਹੈ, ਅਤੇ ਮੈਂ ਸਟਰੇਟ ਇੱਧਰ ਆਇਆ ਅਤੇ ਸਾਹਮਣੇ ਭਾਅ ਜੀ ਖੜ੍ਹੇ ਸੀ, ਅਤੇ ਭਾਅ ਜੀ ਮੈਨੂੰ ਮਿਲੇ। ਇਹ ਭਾਅ ਜੀ ਮੇਰੇ ਵਲੌਗ ਵੀ ਦੇਖਦੇ ਆ, ਸਬਸਕ੍ਰਾਈਬਰ ਵੀ ਨੇ, ਹੈ ਨਾ? ਫਿਰ ਪਛਾਣ ਲਿਆ, ਮੈਨੂੰ ਕਿਸੇ ਨੇ ਦੱਸਿਆ ਸੀ ਕਿ ਜਦੋਂ ਤੁਸੀਂ ਸਰਦਾਰ ਜੀ ਬਣਦੇ ਹੋ ਮੁੰਨੇ ਤੋਂ ਬਾਅਦ, ਅਤੇ ਤੁਹਾਡੀ ਪਾਸਪੋਰਟ ਦੇ ਉੱਤੇ ਫੋਟੋ ਲੱਗੀ ਹੁੰਦੀ ਹੈ ਹੇਅਰ ਕੱਟ ਵਾਲੀ, ਅਤੇ ਉਹ ਤੁਹਾਨੂੰ ਰਿਕੋਗਨਾਈਜ਼ ਨਹੀਂ ਕਰਦੇ, ਤਾਂ ਫਿਰ ਇਹ ਚੀਜ਼ ਝੂਠ ਹੈ। ਹੁਣ ਮੇਰੇ ਪਾਸਪੋਰਟ ਦੇ ਫੋਟੋ ਲੱਗੀ ਆ, ਉਹ ਮੇਰੇ ਹੇਅਰ ਕੱਟ ਵਾਲੀ ਲੱਗੀ ਆ। ਸੋ ਅੱਜ ਮੈਂ ਟਰਬਨ ਬੰਨ੍ਹ ਕੇ ਇਮੀਗ੍ਰੇਸ਼ਨ ਕ੍ਰੋਸ ਕੀਤੀ ਅਤੇ ਉਹਨਾਂ ਨੇ ਕੁਛ ਵੀ ਨਹੀਂ ਕਿਹਾ। ਸੋ ਇਹ ਇੱਕ ਮਿੱਥ ਹੈ, ਕਿਉਂਕਿ ਸਾਡਾ ਫੇਸ, ਸਾਡੀ ਸਾਰੀ ਚੀਜ਼ਾਂ ਸੇਮ ਹੁੰਦੀਆਂ। ਐਂਡ ਮੈਂ ਬਹੁਤ ਡਰ ਰਿਹਾ ਸੀ, ਪਰ ਹੁਣ ਨਹੀਂ ਡਰ ਲੱਗ ਰਿਹਾ, ਪਰ ਮੈਨੂੰ ਅੱਛਾ ਲੱਗ ਰਿਹਾ ਹੁਣ। ਅਤੇ ਤੁਹਾਨੂੰ ਰਿਵੀਲ ਵੀ ਕਰਾਂਗੇ ਅਸੀਂ ਕਿੱਥੇ ਜਾ ਰਹੇ ਹਾਂ ਸੂਨ, ਅਤੇ ਸਾਡੇ ਨਾਲ ਰਹੋ। ਇਹ ਹੈ ਜੀ ਉਹ ਬੋਰਡ ਜਿਹਦੇ ਉੱਤੇ ਸਾਡੀ ਫਲਾਈਟ ਦੀ ਇਨਫੋਰਮੇਸ਼ਨ ਹੁੰਦੀ ਹੈ। ਆਹ ਦੇਖੋ ਜੀ, ਏਅਰਪੋਰਟ ਦੇ ਵਿੱਚ ਲੱਗਿਆ ਬੁਲਟ ਬਾਈਕ, ਟੋਰ ਬੜੀ ਘੈਂਟ ਹੈ ਇਹਦੀ, ਘੈਂਟ ਲੱਗ ਰਿਹਾ, ਗੇਅਰ ਸਟਿਕ ਲੱਗਦਾ ਇਹਦੀ ਟੁੱਟੀ ਹੋਈ ਆ, ਫਿਰ ਵੀ ਘੈਂਟ ਲੱਗ ਰਿਹਾ। ਇਹ ਹੈ ਜੀ ਏਅਰਪੋਰਟ ਦਾ ਉਹ ਏਰੀਆ ਜਿਹਨੂੰ ਕਿਹਾ ਜਾਂਦਾ ਗੇਟਸ, ਜਿੱਥੇ ਕਿ ਐਰੋਪਲੇਨ ਲੱਗੇ ਹੁੰਦੇ ਆ, ਜਿੱਥੇ ਅਸੀਂ ਬੋਰਡਿੰਗ ਕਰਨੀ ਹੁੰਦੀ ਹੈ। ਅਤੇ ਇਸੇ ਗੱਲ 'ਤੇ ਇੱਕ ਗਾਣਾ ਵੀ ਬਣਿਆ ਜਿਹ 'ਚੋਂ ਕਹਿੰਦਾ, ਮੈਂ ਅਤੇ ਮੇਰਾ ਅਟੈਚੀ ਕਈ ਵਾਰ ਰੋਏ ਹਾਂ, ਜਿੰਨੀ ਵਾਰ ਮਾਪੇ ਛੱਡ ਪਿੰਡੋਂ ਦੂਰ ਹੋਏ ਹਾਂ। ਬਹੁਤ ਸਾਰੇ ਲੋਕ ਹੱਸ ਕੇ ਜਾਂਦੇ ਨੇ, ਬਹੁਤ ਸਾਰੇ ਲੋਕ ਰੋ ਕੇ ਜਾਂਦੇ ਨੇ, ਇੱਥੇ ਆ ਕੇ ਤਾਂ ਹਰ ਕੋਈ ਇਮੋਸ਼ਨਲ ਹੋ ਹੀ ਜਾਂਦਾ, ਪਰ ਇੰਨੀ ਰੌਣਕ ਮੇਲਾ ਦੇਖ ਕੇ ਹਰ ਬੰਦੇ ਦਾ ਦਿਲ ਲੱਗ ਜਾਂਦਾ। ਅਤੇ ਆ ਸਟੈਚੂ ਬਹੁਤ ਸੋਹਣਾ ਲੱਗਿਆ, ਇੱਥੇ ਸਾਰੇ ਫੋਟੋਜ਼ ਖਿਚਾਉਂਦੇ ਆ ਡਿਫਰੈਂਟ ਡਿਫਰੈਂਟ ਪੋਜ਼ਿਸ ਨਾਲ, ਅਤੇ ਕੌਫੀ ਵੀ ਹੈ, ਸਪੋਰਟਸ ਬਾਰ ਵੀ ਹੈ, ਕੋਸਮੈਟਿਕਸ ਵੀ ਹੈ, ਸੋਹਣੇ ਸੋਹਣੇ ਪਰਫਿਊਮਸ ਹੈ, ਛੋਟੇ ਛੋਟੇ ਆਟੋਜ਼ ਹੈ, ਅਤੇ ਇੱਥੋਂ ਗੇਟਸ ਸ਼ੁਰੂ ਹੋ ਜਾਂਦੇ ਆ, ਜਿਹਦੇ 'ਚ 1 ਨੰਬਰ ਤੋਂ 14 ਨੰਬਰ 'ਤੇ ਗੇਟ ਇਸ ਪਾਸੇ ਹੈ, ਅਤੇ 17 ਤੋਂ 26 ਨੰਬਰ ਗੇਟ ਇਸ ਪਾਸੇ ਹੈ। ਅਤੇ ਆਪਾਂ ਹੁਣ ਜਾ ਰਹੇ ਆਪਣੀ ਫਲਾਈਟ ਵੱਲ, ਅਤੇ ਪ੍ਰਾਈਵੇਟ ਸਰਵਿਸਿਸ ਵਹੀਕਲ ਹੈ ਜਿਹਨਾਂ ਨੂੰ ਲੋੜ ਹੋਏ, ਬਜ਼ੁਰਗਾਂ ਵਾਸਤੇ ਸਰਵਿਸ ਹੁੰਦੀ ਆ। ਅਤੇ ਤੁਹਾਡੇ ਕੋਲ ਦੋ ਆਪਸ਼ਨਸ ਹੁੰਦੀਆਂ, ਜਾਂ ਤਾਂ ਤੁਸੀਂ ਪੈਦਲ ਵੀ ਜਾ ਸਕਦੇ ਹੋ ਲਾਈਕ ਦਿਸ, ਜਾਂ ਤੁਸੀਂ ਐਸਕਲੇਟਰ ਲੈ ਸਕਦੇ ਹੋ ਲਾਈਕ ਦੈਟ। ਤਾਂ ਜੀ ਆਊਟਸਾਈਡ ਦਾ ਨਾ ਇਹਦੇ ਵਿੱਚ ਵਿਜ਼ੀਬਲ ਨਹੀਂ ਹੁੰਦਾ, ਵੈਸੇ ਆਊਟਸਾਈਡ ਸਾਰਾ ਰੋਡਸ ਹੈ ਜਿਹਦੇ ਵਿੱਚ ਕਿ ਬਾਹਰ ਟ੍ਰੈਫਿਕ ਦਿਖ ਰਿਹਾ ਥੋੜ੍ਹਾ ਜਿਹਾ, ਪਰ ਇਹਦੀ ਰਿਫਲੈਕਸ਼ਨ ਸਿਸਟਮ ਇੱਦਾਂ ਦਾ ਬਣਾਇਆ ਇਹਨਾਂ ਨੇ ਕਿ ਜਿਸਦੇ ਵਿੱਚ ਕਲੀਅਰ ਦਿਖਦਾ ਨਹੀਂ। ਇਹ ਹੁਣ ਸਾਰੇ ਕੈਬਿਨ ਕਰੂ ਜਾ ਰਿਹਾ ਵਿੱਚ ਵਿੱਚ, ਕਿਉਂਕਿ ਕੁਛ ਫਲਾਈਟਸ ਰੇਡੀ ਹੋ ਚੁੱਕੀ ਹੈ। ਫੋਰਟੀ ਸੈਵਨ ਆਏ
Thank you. जी ऐसे पहुंच गए हैं हांगकांग इंटरनेशनल एयरपोर्ट। सुनिया ऐदा करना असी दोनों स्कूल दे विच इकट्ठे पढ़े आ 9th क्लास दे विच 9th एंड 10th दे विच ते मेरे फ्रेंड दा नाम है सपनप्रीत सिंह पंजाब पुलिस दा होनहार ऑफिसर ते मेरा बेस्ट फ्रेंड पर असी 2006 तो बाद अज मिले हां ते बहुत लंबी 16-17 साल बाद मिले हां ते बहुत ज्यादा लंबी कहानी भी नहीं हैगी। सपनप्रीत दी फ्लाइट हैगी है ऑस्ट्रेलिया दी, ए जा रहे अपने ब्रदर नु विजिट करन वास्ते ते मैं जा रहा सीगा न्यूजीलैंड। भाई ਤੁਹਾਡਾ ਨਾਮ? ਬਲਦੇਵ ਸਿੰਘ ਤੇ ਭਾਈ ਤੁਹਾਡਾ? ਗੋਪਾਲ ਸਿੰਘ ਤੇ ਬਲਦੇਵ ਸਿੰਘ ਤੇ ਗੋਪਾਲ ਸਿੰਘ ਸਾਡੇ ਨਾਲ ਚੱਲੇ ਆ ਨਿਊਜ਼ੀਲੈਂਡ ਤੇ ਆਂਟੀ ਜੀ ਚੱਲੇ ਆ ਬ੍ਰਿਸਬੇਨ ਸਪਨਪ੍ਰੀਤ ਸਿੰਘ ਦੇ ਨਾਲ ਬ੍ਰਿਸਬੇਨ ਚੱਲਾ ਅੱਜ ਤੁਸੀਂ ਭਾਈ ਬ੍ਰਿਸਬੇਨ ਚੱਲੇ ਹਾਂ ਜੀ ਚਲੋ ਸਪਨਪ੍ਰੀਤ ਸਿੰਘ ਦੇ ਨਾਲ ਆਂਟੀ ਜੀ ਚੱਲੇ ਆ ਬ੍ਰਿਸਬੇਨ ਤੇ ਭਾਜੀ ਹੁਣੀ ਚੱਲੇ ਆ ਸਾਡੇ ਨਾਲ ਤੇ ਹੁਣ ਥੋੜੀ ਦੇਰ ਬਾਅਦ ਵਿਛੋੜੇ ਹੋਣਗੇ ਆ ਖੜੇ ਸਪਨਪ੍ਰੀਤ ਸਿੰਘ ਦੇ ਜਹਾਜ਼ ਜਿਹੜਾ ਸਪਨ ਜੀ ਸਪਨਪ੍ਰੀਤ ਸਿੰਘ ਨੇ ਚਲਾਣਾ ਹੈ ਨਾ ਨਹੀਂ ਚਲਾਉਣ ਤੇ ਉਹਦੇ ਵਾਸਤੇ ਦੇਖੋ ਤਿਆਰੀਆਂ ਕੀਤੀਆਂ ਜਾ ਰਹੀਆਂ ਕੋਕੋ ਕੋਲਾ ਪਲਾ ਕੇ ਤਿਆਰ ਕਰਾਇਆ ਮੁੰਡਾ ਸੈੱਟ ਹੋ ਰਿਹਾ ਮੁੰਡਾ ਰੈਡੀ ਹੋ ਗਿਆ ਹੁਸ਼ਿਆਰਪੁਰ ਦੇ ਮੁੰਡੇ ਹੁੰਦੇ ਹੁਸ਼ਿਆਰ ਆ ਬੜੇ ਹੈ ਨਾ ਬਿਲਕੁਲ ਉਹ ਆ ਗਿਆ ਇੱਕ ਹੁਸ਼ਿਆਰਪੁਰ ਅਜਾ ਉਹ ਵੀ ਹੁਸ਼ਿਆਰਪੁਰ ਦਾ ਉਹ ਬਾਈ ਨਿਊਜ਼ੀਲੈਂਡ ਦਾ ਫਰਸਟ ਲੁੱਕ ਆਫ ਮਾਈ ਬਿਊਟੀਫੁਲ ਕੰਟਰੀ ਨਿਊਜ਼ੀਲੈਂਡ ਦੇਖੋ ਜੀ ਕਿੰਨਾ ਸੋਹਣਾ ਲੱਗਦਾ हाँ जी न्यूजीलैंड की धरती से तुहाडा सारयां दा स्वागत है जी ते अज असीं तुहानूं लेके आए हाँ एक बहुत ही लंबे सफ़र तो बाद न्यूजीलैंड ते तुहानूं दिखाने आ जी हाँ देखो हुण अपने घर वापस आके भी अच्छा लग रहा सो अज तो बाद जिहड़ी वीडियोज़ बनिया करनगियां उह सारियां न्यूजीलैंड दीआं बनिया करनगियां तुसीं मेरे नाल रहे हो जिहड़े जिहड़े नवे ऐ साडे नाल जुड़े हैं तां प्लीज़ साडा चैनल सबसक्राइब कर लो सानूं वीडियोज़ नूं लाइक करो। सत श्री अकाल जी फिर तो स्वागत है तुहाडा न्यूजीलैंड विच अज असीं तुहानूं मिलवाण जा रहे हां मेरा भरा मेरा बहुत अच्छा दोस्त मेरा साथी जो स्टार्टिंग तो लैके हुण तक मेरा साथ दिंदा आ रहा है ते अगे वी दिंदा आएगा नाम है जी करणवीर सिंह पड्डा ਅਤੇ ਅਸੀਂ ਪਿਆਰ ਨਾਲ ਬੁਲਾਉਂਦੇ ਹਾਂ ਪੱਡਾ ਸਾਹਿਬ ਆਹ ਲਓ ਮਿਲੋ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਡੇ ਸਾਰਿਆਂ ਸਾਰੇ ਜਿਹੜੇ ਫੈਮਿਲੀ ਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ ਸਤਿ ਸ਼੍ਰੀ ਅਕਾਲ ਜੀ ਇਹ ਸਾਡਾ ਵੀਰ ਥੋੜ੍ਹਾ ਜਿਹਾ ਸ਼ਾਏ ਹੈ